ਲਾਉਣੀ ਹੈ। ਹਾਰਾ ਜਿਹੜਾ ਨਾ ਜੇਠ ਵੱਡਾ ਹੈ, ਜੇਠ ਦਾ ਮਤਲਬ ਵੱਡਾ ਭਰਾ, ਫਿਰ ਕਹਿੰਦਾ ਵੱਡੇ ਭਾਈ ਕੇ ਜਬ ਸੰਗ ਹੁੰਦੀ ਤਬ ਗੁਨਾਹ ਪਿਆਰੇ। ਮਨ ਛੋਟਾ, ਮਨ ਪੈਦਾ ਹੁੰਦਾ ਬਾਅਦ ਦੇ ਵਿੱਚ, ਜਿਹਦੇ ਵਿੱਚੋਂ ਮਨ ਪੈਦਾ ਹੁੰਦਾ ਉਹਨੂੰ ਵੱਡਾ ਭਾਈ ਵੀ ਕਹਿ ਦਿੰਦੇ, ਉਹਨੂੰ ਬਾਪ ਵੀ ਕਹਿ ਦਿੰਦੇ। ਇਸ ਕਰਕੇ ਜਿਹੜਾ ਤਾਤ ਲਫ਼ਜ਼ ਵਰਤਿਆ ਹੈ, ਤਾਤ ਹਿੰਦੂ ਧਰਮ ਦੇ ਗ੍ਰੰਥਾਂ 'ਚ, ਉਹ ਬਾਪ ਵਾਸਤੇ ਵੀ ਹੈ, ਵੱਡੇ ਭਰਾ ਵਾਸਤੇ ਵੀ ਹੈ। ਤਾਤ ਲਫ਼ਜ਼ ਇਸ ਕਰਕੇ ਇੱਥੇ ਹਰ ਜੇਠ ਹੈ, ਹਰ ਜਿਹੜਾ ਹੈ ਜੇਠ ਹੈ, ਵੱਡਾ ਹੈ, ਹਰ ਚੋ ਹੀ ਜਨਮ ਹੈ ਸਾਡਾ, ਇਹਦਾ ਮੂਲ ਹਰ ਹੈ। ਜੋਤ ਜੋ ਨਿਕਲੀ ਹੈ ਬਾਹਰ ਹਰ ਦੇ ਵਿੱਚ, ਹਰ ਦੀ ਉਹ ਜੋਤ ਹੈ, ਇਹ ਹਰ ਜੇਠ ਹੈ ਵੱਡਾ, ਉਹਦੇ ਨਾਲ ਜੋੜਨਾ ਜਿਹੜਾ, ਜੁੜਨਾ ਜਿਹੜਾ ਹੈਗਾ ਸਾਡੀ ਲੋੜ ਹੈ। ਬੁੱਧੀ ਕਹਿੰਦੀ ਹੈ ਮੈਨੂੰ, ਮਾਨੂੰ ਬੁੱਧੀ ਸਮਝਾ ਰਹੀ ਹੈ, ਹਰ ਜੇਠ ਜੁੜਨ ਦਾ ਲੋੜੀ ਹੈ, ਸਾਡੀ ਲੋੜ ਹੈ ਉਹਦੇ ਨਾਲ ਜੁੜਨ। ਪਰੇਸ਼ਾਨ ਅਸੀਂ ਉਹ ਪਰੇਸ਼ਾਨ ਨਹੀਂ ਹੈ, ਉਹ ਸੱਚ ਨਾਲ ਜੁੜਿਆ ਹੋਇਆ, ਜਬਲ ਵੱਲ ਉਹਨੂੰ ਤਾਂ ਹੈ ਨਹੀਂ ਸਾਨੂੰ। ਇਸ ਕਰਕੇ ਸਾਡੀ ਲੋੜ ਹੈ ਅਸੀਂ ਉਹਨੂੰ ਉਹਦੇ ਕੋਲ ਜਾ ਕੇ ਉਹਦੇ ਮਿਲੀਏ, ਉਹਨੇ ਸਾਡੇ ਕੋਲ ਮਿਲਣ ਲਈ ਆਉਣਾ, ਉਹਨੇ ਵਾਇਜ ਸਾਡੇ ਨਾਲ ਨਹੀਂ ਆਉਣਾ ਮਿਲਣ ਸਾਡੇ ਕੋਲ, ਸਾਨੂੰ ਉੱਥੇ ਜਾਣਾ ਪੈਣਾ ਉਹਦੇ ਕੋਲ। ਲੋੜ ਹੀ ਹੈ, ਲੋੜ ਸਾਨੂੰ ਹੈ ਜਿਸ ਅੱਗੇ ਸਭ ਨਿਵਾਨ, ਉਹਦੇ ਅੱਗੇ ਸਾਰੇ ਨੀਵੇਂ ਹੁੰਦੇ ਨੇ, ਜਿੱਦਾਂ ਦੇਵੀ ਦੇਵਤੇ ਨੇ, ਹਰ ਦੇ ਅੱਗੇ ਸਾਰੇ ਛੋਟੇ ਨੇ, ਨਿਰਾਕਾਰ ਦੇ ਅੱਗੇ ਸਾਰੇ ਛੋਟੇ ਨੇ, ਉਹਦੇ ਅੱਗੇ ਤਾਂ ਸਾਰੇ ਨੀਵੇਂ ਹੁੰਦੇ ਨੇ। ਅਤੇ ਤੈਨੂੰ ਨੀਵਾਂ ਹੁੰਦੇ ਨੂੰ ਕਿਹੜਾ ਸ਼ਰਮ ਆਉਂਦੀ ਹੈ, ਉਹਦੇ ਨਾਲ ਜੁੜ ਜਾ ਹੁੰਦਾ ਹੈ, ਜਿਹਦੇ ਨਾਲ ਗੁੱਸਾ ਗੱਲਾਂ ਹੋਵੇ ਨਾ, ਉਹਦੇ ਘਰ ਨੀਵਾਂ ਹੋ ਕੇ ਜਾ ਹੁੰਦਾ। ਜਿਸ ਅੱਗੇ ਸਭ ਨਿਬੰਨ, ਹਰ ਸੱਜਣ ਦਾਮਨ ਲੱਗਿਆ ਕਿਸੇ ਨੇ ਦੇਈ ਬੰਨ, ਹਰ ਸੱਜਣ ਨਾ ਜਿਹੜਾ, ਜੇ ਉਹਦੇ ਲੜ ਲੱਗੀ ਤਾਂ ਕੋਈ ਵਿਚਾਲੇ ਵਿਚੋਲਾ ਨਹੀਂ ਹੁੰਦਾ। ਇਸ ਕਰਕੇ ਤੈਨੂੰ ਵਲੋੜ ਕਿਸੇ ਨੇ ਨਹੀਂ ਆਉਣਾ, ਆਪਾਂ ਨੂੰ ਦੋ ਆਦਮੀ ਵਲੋੜ ਨਹੀਂ, ਉਹਦੇ ਵੀ ਤੁਸੀਂ ਚਲੋ ਆਪੇ ਜਾਣਾ ਪੈਣਾ, ਕਿਸੇ ਨੂੰ ਦੇਈ ਬੰਨ, ਹਾਂ ਕੋਈ ਵਿਚਾਲੇ ਗੱਠ ਜੋੜਨ ਵਾਲਾ ਨਹੀਂ ਹੈ, ਜ਼ਬਰਦਸਤੀ ਸਾਨੂੰ ਬਾਅਦ 'ਤੇ ਫੜ ਕੇ ਲਿਜਾਵੇ, ਉਹ ਤਾਂ ਚੱਲ ਉਹਨੇ ਤਾਂ ਕੁਛ ਕਹਿਣਾ ਹੀ ਨਹੀਂ, ਕੋਈ ਬੰਨ ਗੰਢ ਦੇਣ ਵਾਲਾ ਨਹੀਂ, ਜਿਵੇਂ ਫੇਰਿਆਂ 'ਤੇ ਆਨੰਦ ਕਾਰਜਾਂ 'ਤੇ ਬਿਠਾਉਂਦੇ ਨੇ। ਇਹਦਾ ਮਤਲਬ ਹੈ ਕਿ ਗੁਰੂ ਘਰ ਦੇ ਵਿੱਚ ਇਹ ਗੱਲ ਸਪਸ਼ਟ ਕਰਤੀ ਕਿ ਵਿਚੋਲਾ ਨਹੀਂ ਇੱਥੇ ਕੋਈ ਹੁੰਦਾ, ਇਹਦੇ ਵਿੱਚ ਜੋ ਆਤਮਾ ਦਾ ਮੇਲ ਹੈ, ਫਾਈਨਲ ਮੇਲ ਹੈ, ਉਹਦੇ ਵਿਚਾਲੇ ਵਿਚੋਲਾ ਹੀ ਨਹੀਂ। ਜੇ ਵਿਚੋਲਾ ਨਹੀਂ ਫਿਰ ਗੁਰੂ ਦੀ ਕੀ ਲੋੜ ਹੈ, ਗੁਰੂ ਤਾਂ ਵਿਚੋਲਾ ਹੁੰਦਾ, ਵਿਚੋਲਾ ਹੁੰਦਾ ਹੀ ਨਹੀਂ ਇੱਥੇ। ਗੁਰਮਤ ਨੇ ਪਹਿਲੀ ਵਾਰ ਦੱਸਿਆ ਵੀ ਗੁਰੂ ਹੁੰਦਾ ਹੀ ਨਹੀਂ ਸੰਸਾਰ ਦਾ ਕੋਈ ਆਦਮੀ, ਉਹ ਜਿਹੜਾ ਦੱਸਣ ਵਾਲਾ ਵੀ ਹੈ ਨਾ, ਰਾਹ ਪਾਉਣ ਵਾਲਾ ਭਾਈ ਮੀਤ ਹੁੰਦਾ, ਗੁਰੂ ਨਹੀਂ ਕਹਿੰਦੇ, ਕਿਉਂਕਿ ਬੰਨ ਤਾਂ ਕੋਈ ਦੇਖ ਨਹੀਂ ਸਕਦਾ ਕਹਾਂ ਜਾ ਕੇ, ਬਲਾਵ ਤਾਂ ਹੋਣਾ ਹਿਰਦੇ 'ਚ, ਉੱਥੇ ਦੂਆ ਕਿਹੜਾ ਜਾਊਗਾ, ਬਾਹਰ ਉਪਦੇਸ਼ ਕਰਨ ਵਾਲਾ ਗੁਰੂ ਨਹੀਂ ਹੁੰਦਾ, ਉਹ ਰਾਏ ਦੇਣ ਵਾਲਾ ਹੁੰਦਾ, ਮਸ਼ਵਰਾ ਦੇਣ ਵਾਲਾ ਹੁੰਦਾ, ਬੰਨੇ ਨਾ ਬੰਨੇ, ਗੁਰਬਾਣੀ ਸਾਨੂੰ ਮਸ਼ਵਰਾ ਦੇ ਰਹੀ ਹੈ, ਰਾਏ ਦੇ ਰਹੀ ਹੈ, ਬੰਦਾ ਕੋਈ ਕੋਈ ਮੰਨ ਲਿਆ ਫਿਰ ਬਹਾਲਾ ਤਾਂ ਮਸ਼ਵਰਾ ਹੀ ਦੇ ਸਕਦਾ। ਤਾਂ ਹੀ ਤਾਂ ਕੋਈ ਮੰਨਦਾ ਨਹੀਂ, ਜੇ ਕੋਈ ਗੱਠ ਦੇਣ ਵਾਲਾ ਹੁੰਦਾ ਕਰਨਲ 'ਤੇ ਫੜ ਕੇ ਲਿਜਾ ਕੇ ਉੱਥੇ ਬਿਠਾਲ ਦਿੰਦਾ, ਬਿਠਾਲ ਦਿੰਦਾ ਨਾ, ਫਿਰ ਦੇਖਾ ਭਲਾ ਗੁਰਦੁਆਰੇ ਜਾ ਕੇ ਕੋਈ ਨਾ ਮੰਨਦਾ ਬਾਣੀ ਨੂੰ, ਥਾਣੇ ਜਾ ਕੇ ਆਪੇ ਮੰਨ ਜਾਂਦੇ ਸਭ ਕੁਛ, ਵਿਚਾਲੇ ਨਹੀਂ ਹੈ ਕੋਈ ਬਣਾਉਣ ਵਾਲਾ, ਇੰਡੀਪੈਂਡੈਂਟ ਹੈ, ਸਵੈ ਭੰਗਾ ਹੈ, ਆਪਣੀ ਮਰਜ਼ੀ ਹੈ ਇਹਦੀ, ਮੰਨੇ ਆ ਨਾ ਮੰਨੇ, ਆਪਣੀ ਗੱਡੇ ਇਹ ਆਪਣੀ ਤੋੜ ਕੇ ਰੱਖੇ, ਤੋੜਦਾ ਵੀ ਆਪ ਹੈ, ਗਣਦਾ ਵੀ ਆਪ, ਗਣਦਾ ਕਿਵੇਂ, ਟੁੱਟੀ ਕਿਵੇਂ, ਕਹਿੰਦੇ ਟੂਟ ਪ੍ਰੀਤ ਗਈ ਬੁਰਬੋਲ, ਬੁਰੇ ਬੋਲ ਬੋਲਦੇ ਟੁੱਟ ਗਈ ਪ੍ਰੀਤ,
ਦੁਰਮਤ ਪਰ ਹਰ ਸਾਡੀ ਢੋਲ। ਜੇ ਔਰਤ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਨਾਲ ਤੂੰ ਤੂੰ ਮੈਂ ਜ਼ਿਆਦਾ ਵੱਜ ਪਏ ਬੋਲ ਪਵੇ, ਆਖਿਰ ਤਲਾਕ ਹੋ ਜਾਂਦਾ। ਜੇ ਨਾ ਹੀ ਹਟੇ ਮੂੰਹ ਜ਼ੋਰ ਹੋਵੇ ਤੂੰ ਤਲਾਕ ਹੈ, ਹੋਰ ਕੀ ਹੋਊਗਾ। ਨਾ ਸਮਝੇ ਜੇ ਟੂਟ ਪ੍ਰੀਤ ਕਈ ਪਰ ਬੋਲ, ਦੁਰਮਤ ਪਰ ਹਰ ਸਾਡੀ ਢੋਲ। ਹੁਣ ਦੁਬਾਰਾ ਕਿਵੇਂ ਜੁੜੂ? ਟੁੱਟੇ ਗੰਢ ਪੜੇ ਵਿਚਾਰ, ਉਹਨੂੰ ਇਹ ਵਿਚਾਰ ਆਪ ਹੀ ਕਰਨੀ ਪਊਗੀ ਵੀ ਕਸੂਰ ਮੇਰਾ, ਮੈਂ ਬੁਰ ਬੋਲ ਬੋਲੇ। ਉਹ ਤਾਂ ਬੋਲਦਾ ਹੀ ਨਹੀਂ ਕੁਛ, ਹਰ ਨਹੀਂ ਬੋਲਦਾ। ਉਹ ਤਾਂ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਹੋ ਜੀ। ਉਹ ਜਦ ਬੋਲਦਾ ਹੁਕਮ ਬੋਲਦਾ, ਨਹੀਂ ਬੋਲਦਾ ਹੀ ਨਹੀਂ। ਕਸੂਰ ਜਿਹਦਾ ਹੁੰਦਾ ਉਸ ਨੂੰ ਮੰਨਣਾ ਪੈਂਦਾ ਆਪਣਾ। ਇਸ ਕਰਕੇ ਗੁਰਬਾਣੀ ਸਪਸ਼ਟ ਹੈ ਕਿ ਵਿਚਾਲੇ ਕੋਈ ਗੁਰੂ ਨਹੀਂ ਹੁੰਦਾ। ਇਹ ਸਾਰਾ ਹਿੰਦੂ ਮਤ ਦਾ ਪ੍ਰਭਾਵ ਹੈ ਸਾਡੇ 'ਤੇ, ਹਿੰਦੂ ਮਤ ਦਾ ਹੀ ਪ੍ਰਚਾਰ ਹੈ। ਜਦੋਂ ਤੋਂ ਗੁਰਦੁਆਰਿਆਂ 'ਚ ਆ ਗਏ ਨਾ ਸਾਧ, ਉਸ ਵੇਲੇ ਦਾ ਇਹ ਪ੍ਰਚਾਰ ਹੈ। ਉਹ ਦੌਰਾਨ 100 ਸਾਲ ਖਾਲਸੇ ਨੂੰ ਵੱਢ ਨਹੀਂ ਦਿੱਤਾ ਕਿਸੇ ਨੇ, 50 ਸਾਲ ਤਾਂ ਬੋਲਣਾ ਨਹੀਂ ਦਿੱਤਾ ਇਹਨਾਂ ਨੂੰ, ਕੁੜ ਵੀ ਨਹੀਂ ਕਹਿਣ ਦਿੱਤਾ। ਉਹ ਦੌਰਾਨ ਦਾ ਪ੍ਰਚਾਰ ਹੈ, ਸਾਰਾ ਹਿੰਦੂ ਮਤ ਬਣਾ ਕੇ ਰੱਖਦਾ। ਹੁਣ ਗ੍ਰੰਥ ਨੂੰ ਗੁਰੂ ਕਹਿਣ ਲੱਗੇ, ਗਾਹਾਂ ਹੀ ਟੱਪ ਗਏ ਸਿਰੇ ਹੀ। ਇਹ ਤਾਂ ਜਦ ਸਿਰੇ ਟੱਪ ਗਏ ਨਾ, ਕੋਈ ਮੁੜਨ ਦੀ ਆਸ ਨਹੀਂ ਸਿੱਖੀ ਵੱਲੋਂ, ਤਾਂ ਪਰਮੇਸ਼ਰ ਨੇ ਕੋਈ ਖੇਡ ਵਰਤਾਈ ਹੈ। ਇਹ ਮੁੜ ਜਾਂਦੇ ਪਿੱਛੇ ਨੂੰ ਸਵਾਲ ਨਹੀਂ ਪੈਦਾ ਹੁੰਦਾ। ਇਹ ਤਾਂ ਇੰਨਾ ਗਾਹਾਂ ਨਾ ਗਏ, ਪਿੱਛੇ ਨੂੰ ਆਉਣ ਦੀ ਆਸ ਨਹੀਂ, ਡੁੱਬਣ ਦੀ ਆਸ ਹੈ। ਜਿਹੜੇ ਚਲੇ ਗਏ ਗਾਹਾਂ ਡੁੱਬ ਜਾਣਗੇ, ਉਹ ਨਹੀਂ ਪਿੱਛੇ ਨੂੰ ਆ ਸਕਦੇ। ਗਾਹਾਂ ਇੰਨਾ ਲੰਘੇ, ਪਿੱਛੇ ਮੁੜਨ ਦੀ ਜਗ੍ਹਾ ਹੀ ਕੋਈ ਨਹੀਂ। ਇਹ ਤਾਂ ਗ੍ਰੰਥਾਂ ਧਰਮ ਗ੍ਰੰਥਾਂ ਦੇ ਉਂਗਲੀ ਉਠਾਉਣ ਲੱਗ ਗਏ ਉਲਟੇ, ਆਪਣੀ ਮਰਜ਼ੀ ਦਾ ਧਰਮ ਚਾਹੁੰਦੇ ਨੇ। ਹੁਣ ਵੀ ਇਹੋ ਜਿਹੀ ਸਾਡੀ ਮਰਜ਼ੀ ਹੈ ਨਾ, ਹੁਣ ਦੇ 21ਵੀਂ ਸਦੀ ਇਹੋ ਜਿਹਾ ਧਰਮ ਹੋਵੇ ਜਿਹੜਾ ਆਮ ਲੋਕਾਂ ਨੂੰ ਪ੍ਰਮਾਣਿਤ ਧਰਮ ਹੋਵੇ। ਪ੍ਰਮਾਣਿਤ ਕਹਿੰਦੇ ਲੋਕਾਂ ਨੂੰ ਹੋਇਆ ਧਰਮ, ਲੋਕਾਂ ਨੇ ਮੰਨਣਾ ਹੁੰਦਾ ਧਰਮ, ਕੋਈ ਮੰਨੇ ਕੋਈ ਨਾ ਮੰਨੇ। ਲੋਕਾਂ ਨੂੰ ਪ੍ਰਮਾਣਿਤ ਨਹੀਂ ਕੋਈ ਵੀ ਧਰਮ ਹੋਇਆ ਕਰਦਾ, ਲੋਕ ਧਰਮ ਨੂੰ ਪ੍ਰਮਾਣ ਕਰਦੇ ਹੁੰਦੇ ਨੇ ਜਿਹਨੂੰ ਲੋੜ ਹੈ। ਹਾਂ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹੋ ਜਿਹੀਆਂ ਬਣਾਉਣੀਆਂ ਪੈਂਦੀਆਂ ਜਿਹੜੀਆਂ ਲੋਕਾਂ ਨੂੰ ਪ੍ਰਮਾਣ ਹੋਣ, ਵੋਟਾਂ ਜੋ ਲੈਣੀਆਂ ਨੇ, ਰੱਬ ਨੇ ਵੋਟਾਂ ਲੈਣੀਆਂ ਦੁੱਤੇ। ਪਰਮੇਸ਼ਰ ਨੇ ਤਾਂ ਕਿੱਥੋਂ ਦੇਣਾ ਹੀ ਦੇਣਾ, ਲੈਣਾ ਤਾਂ ਇਹ ਨਹੀਂ ਕੁਛ। ਧਰਮ ਦੀ ਖੇਡ ਹੋਰ ਹੁੰਦੀ ਹੈ, ਇਹਨਾਂ ਨੂੰ ਨਹੀਂ ਪਤਾ ਧਰਮ ਦੀ ਖੇਡ ਕੀ ਹੈ। ਉਹ ਖੇਡ ਉਲਟੀ ਹੈ, ਇਹ ਉਲਟੀ ਹੈ। ਪ੍ਰੇਮ ਦਾ ਖੇਡ ਉਲਟਾ ਹੁੰਦਾ, ਉਲਟੀ ਖੇਡ ਪ੍ਰੇਮ ਕੀ। ਸੰਸਾਰ ਦੀ ਖੇਡ ਨਾਲ ਉਲਟੀ ਖੇਡ ਹੈ ਸਾਰੀ। ਉਹ ਸੰਸਾਰ ਦੀ ਖੇਡ ਸਾਕਤ ਦੀ ਖੇਡ ਹੈ, ਉਹ ਖੇਡ ਸੰਤਾਂ ਦੀ ਹੈ। ਸੰਸਾਰ ਦੀ ਨਫ਼ਰਤ ਦੀ ਖੇਡ ਹੈ, ਵੈਰ ਵਿਰੋਧ ਦੀ ਖੇਡ ਹੈ, ਲੋਭ ਦੀ ਖੇਡ ਹੈ, ਉੱਥੇ ਤਿਆਗ ਦੀ ਖੇਡ ਹੈ, ਪ੍ਰੇਮ ਦੀ ਖੇਡ ਹੈ। ਇਹ ਤਾਂ ਉਲਟੀ ਖੇਡ ਹੈ, ਇਹਨਾਂ ਨੂੰ ਕੀ ਪਤਾ ਔਖਲਾ ਨੂੰ ਵੀ ਧਰਮ ਕੀ ਹੁੰਦਾ। ਧਰਮ ਦਾ ਹੱਦ ਨੇ ਸਾਨੂੰ ਵੀ ਧਰਮ ਆ ਹੈ, ਤੁਸੀਂ ਆਪਣਾ ਲੈ ਜਾਓ ਘਰ ਨੂੰ, ਧਰਮ ਦੇਖਾਂਗੇ ਕੀ ਕੰਮ ਆਊ, ਕਿਹਦੇ ਕੰਮ ਆਊ ਇਹ ਧਰਮ ਜਿਹੜਾ ਤੁਸੀਂ ਕਹਿ ਰਹੇ ਹੋ, ਕੰਮ ਕਿਹਦੇ, ਕੀ ਕੰਮ ਸਵਾਰੂ ਇਹ ਧਰਮ। ਹਜ਼ਾਰਾਂ ਧਰਮ ਤੁਰੇ ਫਿਰਦੇ ਨੇ ਇਹੋ ਜਿਹੇ ਦੁਨੀਆਂ 'ਤੇ, ਕੌਡੀ ਦੇ ਕੰਮ ਦੇ ਨਹੀਂ ਲਿਖਿਆ ਹੋਇਆ ਉਹਨਾਂ ਨੂੰ, ਜਿਹੜੇ ਧਰਮ ਨੇ ਕੌਡੀ ਦੇ, ਤੁਹਾਡੇ ਵਾਲਾ ਦਾ ਧਰਮ ਹੀ ਨਹੀਂ ਨਾ ਹੈ। ਜਿਹੜੇ ਧਰਮ ਵੀ ਨੇ ਉਹ ਵੀ ਕੌਡੀ ਕੰਮ ਨਹੀਂ ਹੁਣ। ਸ਼ਿਵਜੀ ਸਾਰੀ ਉਮਰ ਫਿਰਦਾ ਰਹਿੰਦਾ ਉੱਥੇ ਬਰਫ਼ 'ਚ, ਕਿਸੇ ਕੌਡੀ ਨਹੀਂ ਹੁੰਦਾ ਕੰਮ। ਤੁਸੀਂ ਏਸੀ 'ਚ ਬੈਠ ਕੇ ਕਹਿੰਦੇ ਅਸੀਂ ਧਰਮ ਕੰਮ, ਹਰ ਸੱਜਣ ਦਾਮਨ ਲੱਗਿਆ ਕਿਸੇ ਨੇ ਦੇਈ ਬੰਨ। ਜਾਂ ਹਰ ਸੱਜਣ ਦੇ ਕੋਈ ਲੱਗਦਾ ਲੜ, ਕੋਈ ਲੜ ਲੱਗਣ ਵਾਲੀ ਕੋਈ ਗੱਲ ਹੈ ਤੁਹਾਡੇ ਖਿਆਲ 'ਚ? ਹਰ ਸੱਜਣ ਕੌਣ ਲੈ ਤਾਂ ਲੜ ਵੀ ਲੱਗਣ, ਕਿਵੇਂ ਲੱਗਿਆ ਜਾਊ ਕਦੇ ਸੋਚਿਆ? ਜਿਹਨਾਂ ਨੇ ਇਹੀ ਨਹੀਂ ਸੋਚਿਆ ਧਰਮ ਬਣੇ ਫਿਰਦੇ ਨੇ, ਜਿਹਨਾਂ ਦਾ ਵਿਸ਼ਾ ਹੀ ਇਹ ਨਹੀਂ, ਉਹ ਤਾਂ ਕਹਿੰਦੇ ਨੇ ਅਸੀਂ ਧਰਮ ਕੰਮ। ਧਰਮ ਤਾਂ ਇੱਕ ਵਿਸ਼ੇ ਦਾ ਨਾਮ ਹੈ, ਮਸਲਾ ਕੀ ਹੈ, ਉਲਝਿਆ ਹੋਇਆ, ਉਹਦਾ ਹੱਲ ਕੀ ਹੈ, ਵਿਸ਼ਾ ਧਰਮ ਦਾ ਸੁਲਝਾ ਕੇ ਦਿਖਾਓ ਮਸਲੇ ਨੂੰ। ਵਿਸ਼ਾ ਤੂੰ ਤਾਂ ਮਜ਼ਾਕ ਬਣਾਇਆ ਹੋਇਆ ਧਰਮ ਨੂੰ, ਜੋ ਮਰਜ਼ੀ ਬੋਲੀ ਜਾਓ ਧਰਮ ਹੈ ਉਹ। ਹਾਂਜੀ, ਕਿਸੇ ਨਾ ਦੇਈ ਬੰਨ, ਕੋਈ ਵਿਚਾਲੇ ਗੰਢ ਦੇਣ ਵਾਲਾ ਨਹੀਂ ਹੈ, ਟੁੱਟੀ ਨੂੰ ਜੋੜਨ ਵਾਲਾ ਨਹੀਂ ਹੈ, ਕਿਸੇ ਨਾਲ ਨਹੀਂ ਜੋੜਨੀ। ਹਾਂ, ਜੋੜਨ ਬਾਰੇ ਸੁਝਾਅ ਦੇ ਦੇਣਗੇ, ਜਿਹਨਾਂ ਨੇ ਆਪਣੀ ਜੋੜਨੀ ਤੁਹਾਨੂੰ ਦੱਸ ਦੇਣਗੇ ਵੀ ਐਂ ਜੁੜਦੀ ਹੁੰਦੀ ਹੈ,
ਟੁੱਟੇ ਗੰਢ ਪੜੇ ਵਿਚਾਰ ਨਾਨਕ ਗੁਰਮੁਖ ਉਤਰ ਸਪਾਰ ਗੁਰਮੁਖ ਬਣ ਕੇ ਪਾਰ ਉਤਰਿਆ ਜਾਊ ਵਿਦਵਾਨ ਬਣ ਕੇ ਪਾਰ ਨਹੀਂ ਉਤਰਨਾ ਗੁਰਮੁਖ ਹੁੰਦਾ ਭਾਣੇ ਚੱਲਦਾ ਗੁਰਮੁਖ ਕਹਿੰਦਾ ਜਿਹੜਾ ਭਾਣੇ 'ਚ ਚੱਲੇ ਭਾਣੇ ਚੱਲਾਂਗੇ ਪਾਰ ਉਤਰ ਜਾਵਾਂਗੇ ਮਾਣਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀਂ ਸਨ ਮਾਣਕ ਮੋਤੀ ਨਾਮ ਪ੍ਰਭ ਪ੍ਰਭ ਦਾ ਜਿਹੜਾ ਨਾਮ ਕੀ ਹੁੰਦਾ ਉਹ ਕਹਿੰਦੇ ਗੁਣ ਹੁੰਦੇ ਨੇ ਪ੍ਰਭ ਦੇ ਮਾਣਕ ਮੋਤੀ ਨੇ ਉਹਦੇ ਸਾਰੇ ਗੁਣ ਮਾਣਕ ਮੋਤੀ ਨੇ ਗੁਰਬਾਣੀ ਮਾਣਕ ਮੋਤੀਆਂ ਨਾਲ ਭਰੀ ਪਈ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਉਹਨੂੰ ਲੱਗਾ ਨਾਹੀਂ ਸਨ ਉਹਨਾਂ ਨੂੰ ਸਨ ਨਹੀਂ ਲੱਗਦਾ ਜੇ ਕੋਈ ਗੁਣ ਧਾਰਨ ਕਰ ਲਵੇ ਜੋ ਗੁਰਬਾਣੀ ਕਹਿੰਦੀ ਹੈ ਕੌਣ ਚਰਾ ਲੂ ਭਲੇ ਨੇ ਗੁਣਾਂ ਨੂੰ ਦੂਜੇ ਸੰਸਾਰੀ ਮੋਤੀ ਦੇ ਇਕੱਠੇ ਕਰੇ ਹੋਏ ਜਿਹੜੇ ਰਹੇ ਉਹਨਾਂ ਨੂੰ ਜੋ ਲੈ ਜੂਗਾ ਚਰਾ ਕੇ ਡਾਕਾ ਵੀ ਪੈ ਜੂਗਾ ਇਹਦੇ 'ਤੇ ਕਿਹੜਾ ਡਾਕਾ ਪੈ ਜੂਗਾ ਇਹਨੂੰ ਕੋਈ ਸਨ ਨਹੀਂ ਲਾ ਸਕਦਾ ਚੁਰਾਏ ਨਹੀਂ ਜਾ ਸਕਦੇ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਵੈਸੇ ਜਿੰਨੇ ਵੀ ਧਰਮ ਨੇ ਸੰਸਾਰ ਦੇ ਵਿੱਚ ਗੱਲ ਨਾਰਾਇਣ ਦੀ ਉਹ ਕਰਦੇ ਨੇ ਇੱਛਾ ਨਾਰਾਇਣ ਦੀ ਉਹ ਰੱਖਦੇ ਨੇ ਨਿਰਾਕਾਰ ਦੀ ਉਹ ਇੱਛਾ ਰੱਖਦੇ ਨੇ ਜੇਤੇ ਮਨ ਪਾਵਨ ਮਨ ਵੱਖਰੇ ਵੱਖਰੇ ਮਨ ਨੇ ਮਨਾਂ ਨੂੰ ਚੰਗੇ ਲੱਗਦੇ ਨੇ ਉਹ ਵੀ ਮਨ ਨੂੰ ਕਿਸੇ ਨਾ ਕਿਸੇ ਮਨ ਨੂੰ ਚੰਗੇ ਲੱਗਦੇ ਹਰ ਧਰਮ ਨੂੰ ਮੰਨਣ ਵਾਲੇ ਦਾ ਮਨ ਉਹ ਧਰਮ ਨੂੰ ਚੰਗਾ ਸਮਝਦਾ ਉਹਨੂੰ ਮਨ ਭਾਉਂਦਾ ਜੇ ਮਨ ਭਾਉਂਦਾ ਤਾਂ ਮੰਨਦਾ ਜਾਂ ਮਨ ਨਹੀਂ ਭਾਉਂਦਾ ਜਿਹੜੀ ਚੀਜ਼ ਨੂੰ ਮਨ ਉਹਨੂੰ ਮੰਨਦਾ ਨਹੀਂ ਜਿਹਨਾਂ ਨੂੰ ਸਿੱਖੀ ਜਿਹੜੇ ਸਿੱਖ ਸਿੱਖ ਕਹਿੰਦੇ ਨੇ ਸਿੱਖ ਨੂੰ ਮੰਨਦੇ ਨਹੀਂ ਅਸਲ 'ਚ ਮਨ ਨਹੀਂ ਭਾਉਂਦਾ ਉਹਨਾਂ ਦਾ ਮਨ ਕਿਸੇ ਹੋਰ ਚੀਜ਼ ਨੂੰ ਭਾਉਂਦਾ ਕਰਦੇ ਕੁਛ ਹੋਰ ਨੇ ਕਹਿੰਦੇ ਅਸੀਂ ਸਿੱਖਾਂ ਸਿੱਖੀ ਦੇ ਰੰਗ ਨਾਮ ਦੇ ਰੰਗ ਉਹਨਾਂ ਦੇ ਨਾਮ ਦਾ ਰੰਗ ਉਹਨਾਂ ਦੇ ਮਨ ਭਾਉਂਦਾ ਨਹੀਂ ਹੈ ਮਾਇਆ ਦੇ ਰੰਗ ਮਨ ਭਾਉਂਦੇ ਨੇ ਇਸ ਕਰਕੇ ਮਾਇਆ ਦੀ ਰੇਸ 'ਚ ਨਹੀਂ ਹੋ ਜਿਹਦਾ ਨਾਮ ਦਾ ਰੰਗ ਮਨ ਭਾਉਂਦਾ ਨਾ ਉਹ ਤਾਂ ਗੁਰਮੁਖ ਬਣੂਗਾ ਸੰਸਾਰ ਨੂੰ ਤਿਆਗੂਗਾ ਜਿਹਦਾ ਮਾਇਆ ਦੂਏ ਭਾਵ ਗੁੱਚੀ ਆਊਗਾ ਅੱਗੇ ਜਿਹਦੇ ਹੋਰ ਕੋਈ ਭਾਵਨਾ ਨਾਮ ਨੂੰ ਛੱਡ ਕੇ ਨਾਮ ਦਾ ਤਾਂ ਉਸ ਵੇਲੇ ਉਹਨੂੰ ਬਗੋਚਾ ਹੀ ਆਊਗਾ ਜਾਂ ਟਾਈਮ ਆਊਗਾ ਸਰੀਰ ਛੱਡਣ ਦਾ ਨਾਮ ਤੇ ਬਿਨਾਂ ਉਜਾਰਾ ਨਹੀਂ ਹੋਣਾ ਜਾਪਣ ਦੇ ਜੇ ਪਹਿਣੇ ਕੇ ਗਲੇ ਜਾਏ ਨਾ ਕੋਸਾ ਹਰ ਕਾ ਨਾਮ ਹੋ ਸੰਗ ਤੋਂ ਸਾ ਜੇ ਪਹਿਣੇ ਮਹੰਤ ਗਵਾਰ ਹਰ ਕਾ ਨਾਮ ਸੰਗੋ ਜੇ ਉਦੋਂ ਤਾਂ ਫਿਰ ਇਹਨੂੰ ਤਕਲੀਫ ਬਗੋਚਾ ਆਊਗਾ ਉਜਾਰਾ ਮਿਲਣਾ ਨਹੀਂ ਜਾਂ ਪੰਤਰ ਕੋ ਨਾ ਸਿਆਣੂ ਹਰ ਕਾ ਨਾਮ ਤਾਂ ਨਾਲ ਪਛਾਣੂ ਉਦੋਂ ਨਹੀਂ ਇਹਨੂੰ ਫਿਰ ਉਹ ਮਿਲਣਾ ਹੁਣ ਭੁੱਲਿਆ ਰਹੇ ਭੁੱਲਿਆ ਰਹੇ ਜਿਹਨੂੰ ਉਹਦਾ ਫਿਕਰ ਹੈ ਉਹਨੇ ਇਹਦਾ ਫਿਕਰ ਛੱਡ ਦੇਣਾ ਜਿਹਨੇ ਉਹਦਾ ਫਿਕਰ ਛੱਡਿਆ ਇਹਦਾ ਫਿਕਰ ਹੈ ਉਹਨੂੰ ਉਦੋਂ ਫਿਰ ਫਿਕਰ ਹੋ ਜੂ ਉਹ ਉਦੋਂ ਪਛਤਾਊਗਾ ਗੁਰਮੁਖ ਨਾ ਹੁਣ ਪਛਤਾਉਂਦਾ ਨਾ ਫਿਰ ਪਛਤਾਉਣਾ ਪਵੇ ਮਨਮੁਖ ਹੁਣ ਵੀ ਪਛਤਾਉਂਦਾ ਰਹਿੰਦਾ ਚਾਹੇ ਕਿੱਡਾ ਹੀ ਅਮੀਰ ਹੋਵੇ ਬਾਅਦ 'ਚ ਵੀ ਪਛਤਾਉਂਦਾ ਕਿਉਂ ਕੰਮ ਠੀਕ ਵੀ ਹੁੰਦੇ ਰਹਿੰਦੇ ਨੇ ਖਰਾਬ ਵੀ ਹੁੰਦੇ ਰਹਿੰਦੇ ਨੇ ਜੇ ਕੋਈ ਖਰਾਬ ਹੋ ਜਾਂਦਾ ਪਛਤਾਉਂਦਾ ਉਹ ਹੁਣ ਵੀ ਪਛਤਾਉਂਦਾ ਰਹਿੰਦਾ ਗਾਹਾਂ ਨੂੰ ਵੀ ਉਹਦੇ ਪੱਲੇ ਪਛਤਾਵਾ ਹੀ ਪਛਤਾਵਾ ਪੈਂਦਾ ਜੋ ਹਰ ਲੋੜੇ ਸੋ ਕਰੇ ਸੋ ਹੀ ਜੀ ਕਰਨ ਹਰ ਜਿਹੜਾ ਕੋਈ ਲੋੜਦਾ ਉਹੀ ਕਰਦਾ ਅਸਲ ਜੀ ਕੁਛ ਨਹੀਂ ਕਰਦੇ ਜੀ ਤਾਂ ਜਿਹੜਾ ਉਹ ਸੋਚਦਾ ਉਹੀ ਕਰਦੇ ਅੰਦਰ ਚਾਬੀ ਉਹੀ ਦੇ ਰਿਹਾ ਬੈਠਾ ਸੋਈ ਜੀ ਕਰਨ ਜੀ ਉਹੀ ਕੁਛ ਕਰਦੇ ਨੇ ਜੋ ਹਰ ਚਾਹੁੰਦਾ ਇਹਨਾਂ ਨੂੰ ਇਹ ਭੁਲੇਖਾ ਹੈ ਉਹ ਮਨ ਤਾਂ ਹਰਦਾ ਹੈ ਇਹਦਾ ਮਨ ਹੈ ਉਹੀ ਜਿਹਦਾ ਮਨ ਹੈ ਉਹਦੇ ਕਾਬੂ 'ਚ ਹੁੰਦਾ ਮਨ ਆਪਣੇ ਆਪ 'ਚ ਕੁਛ ਨਹੀਂ ਹੁੰਦਾ ਕੁਛ ਨਹੀਂ ਕਰਦਾ ਹੁੰਦਾ ਜਿਹਦਾ ਮਨ ਉਹਦੀ ਮਰਜ਼ੀ ਹੈ ਜੋ ਮਰਜ਼ੀ ਉਹਦੇ ਕੰਮ ਲਵੇ ਜੋ ਹਰ ਲੋੜੇ ਸੋ ਕਰੇ ਇਹ ਮਨ ਦੇ ਬਾਅਦ 'ਚ ਕੁਛ ਨਹੀਂ ਹੈ ਜਿਹਦਾ ਮਨ ਹੈ ਉਹਦੇ ਬਾਅਦ 'ਚ ਹੈ ਸਭ ਕੁਛ ਜਿਵੇਂ ਆਪਣਾ ਮਨ ਆਪਣੇ ਬਾਅਦ 'ਚ ਹੈ ਨਾ ਜਿਹਦੇ ਬਾਅਦ 'ਚ ਉਹ ਕੌਣ ਉਹੀ ਹਰ ਹੈ ਸੋਈ ਜੀ ਕਰਨ ਉਹੀ ਜੀ ਕਰਦੇ ਨੇ ਜੋ ਹਰ ਚਾਹੁੰਦਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜੋ ਪ੍ਰਭ ਨੇ ਆਪਣੇ ਬਣਾ ਲਏ ਜੋ ਪ੍ਰਭ ਕੀਤੇ ਆਪਣੇ ਜਿਹੜੇ ਉਹਨੇ ਆਪਣੇ ਪਾਸੇ ਲਾ ਲਏ
ਸੱਚ ਵਾਲੇ ਪਾਸੇ ਸਹੀ ਕਹੀਏ ਧੰਨ ਉਹਦੇ ਹੋ ਗਏ। ਇੱਥੇ ਦੋ ਕੈਟਾਗਰੀਆਂ ਹੋ ਗਈਆਂ, ਗੁਰਮੁਖ ਉਹਦੇ ਹੋ ਗਏ ਗੁਰਮੁਖ, ਨਹੀਂ ਤਾਂ ਉਹ ਤਾਂ ਮਨਮੁੱਖਾਂ ਨੂੰ ਵੀ ਆਪਣੇ ਸਮਝਦਾ ਪਰ ਮਨਮੁੱਖ ਨਹੀਂ ਸਮਝਦੇ। ਮਨਮੁੱਖਾਂ ਦੀਆਂ ਹੋਰ ਨੇ ਨਾ ਸੰਸਾਰੀ ਰਿਸ਼ਤੇਦਾਰੀਆਂ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਜੇ ਆਪਣਾ ਲਿਆ ਨਾ ਮਿਲ ਜਾਵੇ, ਜੋ ਕੁਛ ਅਸੀਂ ਚਾਹੁੰਦੇ ਹਾਂ ਜੇ ਸਾਡੀ ਕੋਸ਼ਿਸ਼ ਨਾਲ ਸਭ ਕੁਛ ਮਿਲ ਜਾਵੇ ਤਾਂ ਵਿਛੜੇ ਹੋਏ ਜਿਹੜੇ ਵਾਲਾ ਫੇਰਦੇ ਨੇ ਹੋਰ ਕੁਛ ਕਰਦੇ ਰੋਂਦੇ ਕਹਿੰਦੇ ਫਿਰਨ, ਜੋ ਚਾਹੁੰਦੇ ਨੇ ਹੋ ਜਾਵੇ, ਜੋ ਕੋਈ ਮੰਗਦਾ ਉਹਨੂੰ ਮਿਲ ਜਾਵੇ। ਉਹ ਰਿੱਧੀਆਂ ਸਿੱਧੀਆਂ ਨੇ ਗੱਪਾਂ ਨੇ, ਜੇ ਆਪਣਾ ਲਿਆ ਹੀ ਸਭ ਕੁਝ ਮਿਲ ਸਕਦਾ ਹੈ ਰਿੱਧੀਆਂ ਸਿੱਧੀਆਂ ਨੇ ਤੁਹਾਡੇ ਕੋਲ, ਮੁਕਤੀ ਲੈ ਲਓ ਫਿਰ। ਵਿਛੜੇ ਹੋਏ ਹੋ ਆਪਣਾ ਕੱਢ ਲਓ ਆਪਣੀ ਇੱਛਾ ਨਾਲ, ਕੁਛ ਨਹੀਂ ਹੈ ਸਭ ਫਰੋਡ ਹੈ। ਇਹ ਫਰੋਡ ਨੇ ਧਰਮ ਜਿਹੜੇ ਨੇ ਸਾਰੇ, ਮੇਰੇ ਕੋਲ ਰਿੱਧ ਸਿੱਧਾ ਜੀ, ਮੈਂ ਜੋ ਚਾਹੁੰਦਾ ਹੋ ਜਾਂਦਾ ਜੀ, ਫਿਰ ਕਹਿੰਦੇ ਵਿਛੜ ਕੇ ਵਿਛੜੇ ਕਿਉਂ ਰੋਂਦੇ ਕਹਿੰਦੇ ਫਿਰਦੇ। ਸਭ ਤੋਂ ਪਹਿਲਾਂ ਤੁਸੀਂ ਕੱਢੋ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨ ਹਨ, ਜਿਹਨਾਂ ਨੇ ਸਾਧੂ ਦੀ ਸੰਗਤ ਮਿਲ ਗਈ। ਹਰ ਸਾਧੂ ਹੀ ਹੈ, ਹਰ ਸੱਜਣ ਸਾਧੂ ਹੀ ਹੈ, ਮਿਲ ਹਰ ਸਾਧੂ ਸੱਜਣ ਸਾਧੂ ਸੰਗ ਪ੍ਰਾਪਤ, ਜਿਹਨਾਂ ਸਾਧੂ ਦਾ ਸੰਗ ਪ੍ਰਾਪਤ ਹੋ ਗਿਆ, ਹਰ ਦਾ ਸੰਗ ਪ੍ਰਾਪਤ ਹੋ ਗਿਆ, ਨਾਨਕ ਰੰਗ ਮਾਨ ਹਨ, ਨਾਨਕ ਕਹਿੰਦਾ ਉਹ ਰੰਗ ਮਾਣਦੇ ਨੇ ਆਪਣੇ। ਉਹ ਇਹ ਲੋਕ ਜੀ ਉਹ ਹਮੇਸ਼ਾ ਹੀ ਮਾਣਦੇ ਨੇ ਰੰਗ, ਹੁਣ ਤੇ ਜੋ ਮੰਨਣ ਲੱਗਦੇ ਨੇ ਮੁਕਦਾ ਹੀ ਨਹੀਂ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਸਨ, ਹਰ ਜੇਠ, ਹਰ ਜੇਠ ਹੈ, ਹੁਣ ਮਹੀਨੇ ਦੀ ਗੱਲ ਨਹੀਂ ਹੈ, ਰੰਗੀਲਾ ਤਿਸ ਧਣੀ, ਉਹਦੇ ਵਾਸਤੇ ਰੰਗਲਾ ਹੁੰਦਾ ਹੈ, ਰੰਗੀਲਾ ਹੁੰਦਾ ਉਹਨੂੰ ਰੰਗ ਚਾੜਦਾ, ਰੰਗ ਨਾਮ ਦਾ ਉੱਥੋਂ ਲੱਗਦਾ, ਰੰਗਣ ਵਾਲਾ ਉਹਨੂੰ ਰੰਗਦਾ ਫਿਰ। ਹਰ ਜੇਠ ਰੰਗੀਲਾ 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 ਰੰਗਣ ਵਾਲਾ ਹੁੰਦਾ ਤਿਸ ਧਣੀ, ਤੇ ਧੜੀ ਉਸ ਗੁਰ ਗਿਆਨੀ ਵਾਸਤੇ, ਧੜੀ ਗਿਆਨੀ ਨੂੰ ਕਹਿੰਦੇ, ਗਿਆਨਵਾਨ ਵਾਸਤੇ ਹਰ ਜੇਠ ਰੰਗੀਲਾ ਹੁੰਦਾ ਹੈ, ਜਿਸਕੇ ਭਾਗ ਮਥਨ, ਜਿਹਦੇ ਮੱਥੇ ਤੇ ਭਾਗ ਹੁੰਦਾ। ਇਹ ਕਰਮਾਂ ਨਾਲ ਇਹ ਰੰਗ ਚੜ੍ਹਦਾ, ਐਵੇਂ ਨਹੀਂ ਚੜ੍ਹਦਾ। ਹੁਣ ਵੀ ਇਹਨਾਂ ਦੀ ਗੱਲ ਨਹੀਂ ਕੀਤੀ, ਬਿਲਕੁਲ ਨਹੀਂ ਕੀਤੀ ਵੀ ਇਹਨਾਂ ਦੀ ਗੱਲ। ਹਾਂ,